ਇਹਨਾਂ ਕੋਲੋਂ ਪਿਸਤੌਲ ਤੇ ਦਾਤਰ ਨਿਕਲਿਆ ਏ, ਪਿਸਤੌਲ ਤੇ ਦਾਤਰ ਨਿਕਲਿਆ ਇਹਨਾਂ ਕੋਲੋਂ, ਉਹ ਪੁਲਿਸ ਵਾਲੇ ਦੇ ਹੱਥ ਚ ਪਿਸਤੌਲ ਤੇ ਦਾਤਰ। ਪੁਲਿਸ ਕਮਿਸ਼ਨਰ ਦੀ ਕੋਠੀ ਦੇ ਬਾਹਰ ਲੁੱਟਣ ਆਏ ਸੀ ਲੁਟੇਰੇ, ਪਤੀ ਪਤਨੀ ਤੇ ਦਾਤਰ ਨਾਲ ਕੀਤਾ ਹਮਲਾ। ਦੇਖੋ ਫਿਰ ਪੁਲਿਸ ਨੇ ਫੜ ਲਏ ਦੋਨੋਂ ਲੁਟੇਰੇ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਪਤੀ ਪਤਨੀ ਦੇ ਨਾਲ ਲੁੱਟ ਕੀਤੀ ਗਈ ਸੀ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਮਹਿਲਾ ਦਾ ਮੰਗਲ ਸੂਤਰ ਅਤੇ ਉਸਦੇ ਗਹਿਣਿਆਂ ਦੇ ਨਾਲ ਪਤੀ ਤੋਂ 15,000 ਦੀ ਨਕਦੀ ਵੀ ਖੋਹ ਲਈ ਗਈ ਸੀ। ਤੇ ਜਦੋਂ ਇਹਨਾਂ ਦਾ ਇਹ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਦਾਤ ਮਾਰ ਕੇ ਲੁਟੇਰੇ ਇਹਨਾਂ ਤੇ ਹਮਲਾ ਕਰ ਦਿੰਦੇ ਨੇ। ਤਾਂ ਵੱਡੀ ਗੱਲ ਇਹ ਸੀ ਕਿ ਹਮਲਾ ਪੁਲਿਸ ਕਮਿਸ਼ਨਰ ਦੀ ਕੋਠੀ ਦੇ ਬਹੁਤ ਨਜ਼ਦੀਕ ਹੋਇਆ ਸੀ। ਤਾਂ ਪਤੀ ਪਤਨੀ ਵੱਲੋਂ ਤੁਰੰਤ ਪੁਲਿਸ ਦੇ ਕੋਲ ਪਹੁੰਚਿਆ ਜਾਂਦਾ ਹੈ ਤੇ ਜਦੋਂ ਇਹ ਦੂਸਰੀ ਵਾਰਦਾਤ ਕਰ ਰਹੇ ਹੁੰਦੇ ਆ ਤਾਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਾਂਦਾ ਹੈ। ਤਾਂ ਦੱਸਦੇ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਦੇ ਵੱਲੋਂ ਲੁੱਟ ਕਰਦੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਤਾਂ ਇਸ ਸੰਬੰਧੀ ਇਸ ਜ਼ਖਮੀ ਸ਼ਖਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਲੁਟੇਰਿਆਂ ਦੇ ਵੱਲੋਂ ਇਹਨਾਂ ਨੂੰ ਘੇਰ ਲਿਆ ਜਾਂਦਾ ਹੈ, ਜਿਸ ਦੇ ਵਿੱਚ ਇਸਨੇ ਇਸਦੀ ਪਤਨੀ ਦੇ ਮੰਗਲ ਸੂਤਰ, ਵਾਲੀਆਂ ਅਤੇ ਗਹਿਣੇ ਉਤਾਰ ਲਏ ਤੇ ਨਾਲ ਹੀ ਉਸ ਤੋਂ 15,000 ਰੁਪਏ ਵੀ ਖੋਹ ਲਏ ਤੇ ਇਹਨਾਂ ਦੇ ਕੋਲ ਪਿਸਤੌਲਾਂ ਅਤੇ ਤੇਜ਼ਧਾਰ ਹਥਿਆਰ ਸੀ। ਤਾਂ ਜਦ ਇਹਨਾਂ ਨੇ ਇਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਦੇ ਵੱਲੋਂ ਇਹਨਾਂ ਤੇ ਦਾਤ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੁੰਦੇ ਨੇ। ਤਾਂ ਦੋਨੋਂ ਪਤੀ ਪਤਨੀ ਤੁਰੰਤ ਪੁਲਿਸ ਦੇ ਕੋਲ ਪਹੁੰਚਦੇ ਨੇ ਤਾਂ ਪੁਲਿਸ ਇਹਨਾਂ ਦੇ ਨਾਲ ਜਾਂਦੀ ਹੈ। ਤਾਂ ਜਦ ਇਹ ਦੂਸਰੀ ਵਾਰਦਾਤ ਕਰ ਰਹੇ ਹੁੰਦੇ ਨੇ ਤਾਂ ਪੁਲਿਸ ਨੇ ਮੌਕੇ ਤੇ ਹੀ ਇਹਨਾਂ ਨੂੰ ਕਾਬੂ ਕਰ ਲਿਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਵੀ ਇਹਨਾਂ ਤੇ ਹਾਵੀ ਹੋ ਜਾਂਦੇ ਨੇ। ਸੋਨੀਆ ਮੋਰ, ਕੁਛ ਨਹੀਂ, ਰਾਤੀ ਅਸੀਂ ਮਤਲਬ ਫੰਕਸ਼ਨ ਤੋਂ ਆ ਰਹੇ ਸੀ, ਤਿੰਨ ਮੁੰਦਰੀਆਂ, ਡਾਇਮੰਡ ਦੀ ਰਿੰਗ, ਔਰ ਕਹਿ ਰਹੇ ਰਿੰਗ ਨਹੀਂ ਉਤਾਰਾਂਗੇ ਤੇ ਇਹਨਾਂ ਦਾ ਹੱਥ ਵੜ ਦਿਓ। ਮੈਨੂੰ ਵੱਡੇ ਲੱਗੇ, ਵੜਦੇ ਵੜਦੇ ਇਹਨਾਂ ਨੇ ਪਕੜਿਆ ਮੈਨੂੰ, ਔਰ ਇਹਨਾਂ ਤੇ ਹੀ ਵਾਰਦਾਤ ਕਰਕੇ, ਔਰ ਨਾਲ ਪਿਸਤੌਲ ਫੜੀ ਗਈ, ਇਹਨਾਂ ਦੇ ਦਾਤਰ ਫੜਿਆ ਗਿਆ ਵਾ, ਔਰ ਮੇਰਾ ਮੰਗਲ ਸੂਤਰ ਲੈ ਕੇ, ਤਿੰਨ ਰਿੰਗ ਆ ਗੋਲਡ ਦੀ, ਇੱਕ ਡਾਇਮੰਡ ਦੀ ਰਿੰਗ ਹੈਗੀ ਜਿਹੜੀ ਲੈ ਕੇ, ਕੈਸ਼ 20,000 ਰੁਪਇਆ ਸੀ। ਮੰਗ ਕੀ ਕਰਦੇ ਸੀ? ਮੰਗ ਇਹੀ ਕਰਦੇ ਵੀ ਰਾਤ ਦੇ ਇੱਥੇ ਬੈਠੇ ਆ, ਕੋਈ ਹੈ ਇਨਸਾਫ ਨਹੀਂ ਮਿਲਦਾ। ਦਾਤਰ ਇਹਨਾਂ ਨੂੰ ਮੇਰਾ ਨਾਮ ਭਾਈ ਪੰਕਜ ਬੋਰਾ ਜੀ। ਮੈਂ ਪਵਨ ਨਗਰ ਬਟਾਲਾ ਰੋਡ ਦਾ ਰਹਿਣ ਵਾਲੇ, ਪਵਨ ਨਗਰ ਗਲੀ ਨੰਬਰ 7 ਜੀ। ਮੈਂ ਰਾਤੀ ਆ ਰਿਹਾ ਜੀ, ਆਪਣਾ ਬ੍ਰਦਰ ਦੇ ਮੁੰਡੇ ਦਾ ਫੰਕਸ਼ਨ ਹੈਗਾ ਸੀ ਅਤੇ ਮੇਰੀ ਖੋਹ ਹੋਈ ਹੈ, ਬਿਲਕੁਲ DC ਦੀ ਕੋਠੀ ਦੇ ਬਾਹਰ, SSP ਦੀ ਕੋਠੀ ਦੇ ਬਾਹਰ, ਕਮਿਸ਼ਨਰ ਦੀ ਕੋਠੀ ਦੇ ਬਾਹਰ। ਇਹ ਰਾਤ ਕੋਈ 12:30 ਦਾ ਟਾਈਮ ਹੈਗਾ ਜੀ। ਮੇਰੀ ਵਾਈਫ ਹੈਗੀ ਸੀ ਉਹ, ਸਰ 2 ਜਣੇ ਹੈਗੇ ਸੀ। ਸਮਾਨ ਸਰ ਮੇਰੀ ਵੋਟੀ ਦੀਆਂ 3 ਮੁੰਦਰੀਆਂ ਸੋਨੇ ਦੀਆਂ, ਡਾਇਮੰਡ ਦੀ ਮੁੰਦਰੀ ਲੈ ਗਈ ਜੀ, ਤੇਰਾ ਮੰਗਲ ਸੂਤਰ ਲਾ ਕੇ ਲੈ ਗਈ ਜੀ, ਤੇ ਮੇਰੇ ਕੋਲ 15-20,000 ਰੁਪਇਆ ਮੇਰੇ ਜੇਬੇ ਖੜੇ ਕੈਸ਼ ਲੈ ਗਏ ਜੀ ਮੇਰਾ। ਸ਼ਿਕਾਇਤ ਸਰ ਪੁਲਿਸ ਕਾ ਆਏ ਆ, ਆਪਾਂ ਥਾਣੇ ਆਏ ਆ, ਰਾਤ ਦੇ ਆਏ ਇੱਥੇ ਤੇ ਪੁਲਿਸ ਕੁਛ ਸੁਣਦੀ ਨਹੀਂ ਪਈ। ਪਹਿਲਾਂ ਪੁਲਿਸ ਨੂੰ ਆਪਾਂ ਮੌਕੇ ਜਗ੍ਹਾ 'ਤੇ ਲੈ ਕੇ ਗਏ ਹਾਂ, ਪੁਲਿਸ ਵਾਲੇ ਉੱਥੋਂ ਵਾਪਸ ਆ ਗਏ ਨੇ ਮੌਕੇ ਤੋਂ, ਆਪਾਂ ਥੋੜ੍ਹੀ ਦੇਰ ਬਾਅਦ ਉਹੀ ਬੰਦੇ ਫੜ ਕੇ ਇਹਨਾਂ ਕੋਲ ਥਾਣੇ ਲੈ ਕੇ ਆਏ ਹਾਂ। ਤੇ ਮੰਗ ਸਾਰਾ ਆਪਾਂ ਇਨਸਾਫ ਚਾਹੀਦਾ ਸਾਨੂੰ ਕਿ ਪੁਲਿਸ ਸਾਡਾ ਇਨਸਾਫ ਨਹੀਂ ਕਰ ਰਹੀ। ਇਹਦੇ ਵਿੱਚ ਜਿਹੜਾ ਸੋਨੀਆ ਬੋਰਾ ਅਤੇ ਉਹਦੇ ਪਤੀ ਜਿਹੜੇ ਦੋਨੋਂ ਆ ਰਹੇ ਸੀ ਅਤੇ ਉਹਨਾਂ ਨੂੰ ਜਿਹੜਾ ਵਾ ਕੁਛ ਪਹਿਰੇ ਅਣਪਛਾਤੇ ਵਿਅਕਤੀਆਂ ਨੇ ਦਾਤਰ ਮਾਰ ਕੇ ਅਤੇ ਉਹਨਾਂ ਕੋਲੋਂ ਕੋਈ ਸੋਨੇ ਦਾ ਸਮਾਨ ਖੋਇਆ ਸੀਗਾ ਅਤੇ ਉਹਨਾਂ ਨੇ ਜਿਹੜੀ ਕੰਪਲੇਂਟ ਦਿੱਤੀ ਸਾਨੂੰ, ਉਹਦੇ 'ਤੇ ਅਸੀਂ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਵਾ, ਮੁਕੱਦਮਾ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਕੀਤੀ ਹੈ।
ਤੇ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ, ਇੱਕ ਸਕੂਟਰੀ ਦਾਤਰ ਵੀ ਕੀਤਾ ਵਾ ਬਰਾਮਦ, ਅਤੇ ਉਹਨਾਂ ਨੂੰ ਹਾਂਜੀ ਦੋਸ਼ੀਆਂ ਦੀ ਪਛਾਣ ਕਿੱਥੋਂ ਦੇ ਰਹਿਣ ਵਾਲੇ ਦੋਸ਼ੀ ਜਿਹੜੇ ਆ ਦੋਨੇ ਤਰਨ ਤਾਰਨ ਪੱਟੀ ਦੇ ਰਹਿਣ ਵਾਲੇ ਆ। ਅਜੇ ਤੱਕ ਜਿਹੜਾ ਉਹਦੇ ਬਾਰੇ ਪਤਾ ਕੀਤਾ ਜਾ ਰਿਹਾ, ਅਜੇ ਤੱਕ ਉਹ ਗੱਲ ਕੋਈ ਸਾਹਮਣੇ ਜਦੋਂ ਆਏਗੀ ਤਫਤੀਸ਼ 'ਚ ਤਾਂ ਫਿਰ ਦੱਸਿਆ ਜਾਏਗਾ।